ਤੇ ਉਧਰ ਹੁਸ਼ਿਆਰਪੁਰ ਸਥਿਤ ਇੱਕ ਨਿੱਜੀ ਸਿੱਖਿਆ ਸੰਸਥਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਦੋਂ ਕੁਝ ਵਿਦਿਆਰਥੀਆਂ ਨੇ ਆਇਲਸ ਦੇ ਨਾਮ ਤੇ ਫੀਸ ਜਮ੍ਹਾਂ ਕਰਵਾਈ ਤਾਂ ਉਕਤ ਵਿਅਕਤੀ ਫੀਸ ਲੈ ਕੇ ਰਫੂ ਚੱਕਰ ਹੋ ਗਿਆ। ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਕਿ ਪਿਛਲੇ ਸਮੇਂ ਤੋਂ ਉੱਚ ਸਿੱਖਿਆ ਦੇ ਲਈ ਆਕਾਸ਼ ਆਇਲਸ ਦੇ ਇੱਕ ਸੈਂਟਰ ਵਿੱਚ ਪੜ੍ਹਾਈ ਕਰ ਰਿਹਾ ਸੀ, ਜਿਸ ਦੇ ਲਈ ਬਕਾਇਦਾ ਸਾਰੇ ਵਿਦਿਆਰਥੀਆਂ ਨੇ ਆਪਣੀ ਟਿਊਸ਼ਨ ਫੀਸ ਜਮ੍ਹਾਂ ਕਰਵਾ ਦਿੱਤੀ ਸੀ। ਜਦੋਂ ਉਹਨਾਂ ਦੀ ਪ੍ਰੀਖਿਆ ਦੇਣ ਲਈ ਆਇਲਸ ਸੈਂਟਰ ਫੀਸ ਜਮ੍ਹਾਂ ਕਰਵਾਈ ਤਾਂ ਸੈਂਟਰ ਮਾਲਕ ਜਿੰਦਰਾ ਮਾਰ ਕੇ ਮੌਕੇ ਤੇ ਫਰਾਰ ਹੋ ਗਿਆ ਤੇ ਉਹਨਾਂ ਕਿਹਾ ਕਿ ਜਿਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਜ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਦਾ ਕਹਿਣਾ ਕਿ ਕੁਝ ਬੱਚਿਆਂ ਵੱਲੋਂ ਆਕਾਸ਼ ਸੈਂਟਰ ਖਿਲਾਫ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਨਾਮ ਰਿਸ਼ਿਕਾ ਹੈ, ਮੈਂ ਸ਼ਾਮਚਰਸੀ ਤੋਂ ਬਿਲੋਂਗ ਕਰਦੀ ਹਾਂ ਅਤੇ ਸਾਨੂੰ 3 ਮੰਥ ਹੋ ਗਏ ਸੀ ਅਸੀਂ ਇੱਥੇ ਆਇਲਸ ਕਰਦੇ ਸੀਗੇ ਅਤੇ ਸਾਨੂੰ ਥੋੜ੍ਹੇ ਦਿਨ ਪਹਿਲਾਂ ਪਤਾ ਲੱਗਾ ਕਿ ਇੱਥੇ ਤਾਂ ਸਰ ਨਹੀਂ ਆ ਰਹੇ ਹੈਗੇ ਅਤੇ ਅਸੀਂ ਪੇਪਰ ਵੀ ਫਿਲ ਕੀਤਾ ਹੋਇਆ ਸੀਗਾ। 12,300 ਰੁਪਏ ਅਸੀਂ ਫੀਸ ਦਿੱਤੀ ਸੀਗੀ ਅਤੇ ਅੱਧੇ ਬੱਚਿਆਂ ਨੇ ਤਾਂ ਜ਼ਿਆਦਾ ਦਿੱਤੀ ਹੋਈ ਸੀ ਫੀਸ, 12,000-13,000 ਦਿੱਤੀ ਹੋਈ ਸੀਗੀ ਅਤੇ ਸਾਨੂੰ ਪਰਸੋਂ ਪਤਾ ਲੱਗਾ ਕਿ ਸਰ ਤਾਂ ਆ ਨਹੀਂ ਰਹੇ ਹੈਗੇ ਅਤੇ ਨਾਲੇ ਉਹ ਸਾਡੇ ਪੈਸੇ ਵਗੈਰਾ ਲੈ ਕੇ ਸਾਰਾ ਕੁਛ ਚਲੇ ਗਏ। ਤੁਸੀਂ ਜਿਹੜੀ ਮੈਡਮ ਫੀਸ ਦਿੱਤੀ ਉਹਦੀ ਤੁਹਾਡੇ ਕੋਲ ਕੋਈ ਸਲਿੱਪ ਹੈਗੀ ਹੈ? ਸਾਨੂੰ ਕੋਈ ਸਲਿੱਪ ਨਹੀਂ ਦਿੱਤੀ ਅਤੇ ਕਿਸੇ ਬੱਚੇ ਨੂੰ ਵੀ ਕੋਈ ਸਲਿੱਪ ਨਹੀਂ ਦਿੱਤੀ ਅਤੇ ਬਾਈ ਕੈਸ਼ ਦਿੱਤੇ ਹੋਏ ਅਸੀਂ ਪੈਸੇ ਸਾਰਿਆਂ ਨੇ ਕੈਸ਼ ਦਿੱਤੇ ਹੋਏ। ਜੀ ਮੈਂ ਆਈਲੈਟਸ ਕਰਦੀ ਸੀਗੀ, ਮੈਨੂੰ 1 ਮੰਥ ਹੋ ਗਿਆ, ਦਸੰਬਰ 'ਚ ਮੈਂ ਐਡਮਿਸ਼ਨ ਲਈ ਸੀਗੀ। ਐਕਚੁਲੀ ਮੈਂ ਹੁਣ ਮਤਲਬ ਕਿ ਫੀਸ ਆਈਲੈਟਸ ਦਾ ਪੇਪਰ ਦੇਣਾ ਸੀਗਾ, ਫੀਸ ਪੇ ਕਰਤੀ ਹੋਈ ਹੈ ਪਰ ਸਰ ਨੇ ਮੇਰਾ ਪੇਪਰ ਨਹੀਂ ਫਿਲ ਕੀਤਾ। ਕਿੰਨੀ ਫੀਸ ਹੈ ਤੁਹਾਡੀ? 12,600। ਅੱਛਾ, ਤੇ ਕਿੰਨੇ ਬੱਚੇ ਹੈ ਜਿਨ੍ਹਾਂ ਦੀ ਫੀਸ ਜਮ੍ਹਾਂ ਹੋਈ ਹੈ? ਅਪਰੋਕਸੀਮੇਟਲੀ 30-40। ਤੇ ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਹਾਂ ਕਿ ਸਰ ਸਾਡੇ ਜ਼ਿਆਦਾ ਫੀਸ ਪੇ ਕਰ ਦੇਣ ਜਾਂ ਸਾਡਾ ਪੇਪਰ ਫਿਲ ਕਰ ਦੇਣ। ਤੁਹਾਨੂੰ ਕਦੋਂ ਪਤਾ ਲੱਗਾ ਤੁਹਾਡਾ ਇੰਸਟੀਟਿਊਟ ਬੰਦ ਹੋਇਆ ਵਾ? ਸਾਨੂੰ 2 ਦਿਨ ਪਹਿਲਾਂ ਹੀ ਪਤਾ ਚੱਲਿਆ ਔਰ ਸੈਟਰਡੇ ਦੇ ਸਰ ਇੰਸਟੀਟਿਊਟ 'ਚ ਨਹੀਂ ਆ ਰਹੇ। ਸਾਡੇ ਕੋਲ ਇੱਕ ਕੰਪਲੇਂਟ ਆਈ ਹੈਗੀ ਆ ਜਿਹੜੀ ਸਟੂਡੈਂਟਸ ਨੇ ਦਿੱਤੀ ਆ, ਜਿਹਦੇ ਵਿੱਚ ਆਕਾਸ਼ਵੀਰ ਸਿੰਘ ਪੁੱਤਰ ਬਲਵੀਰ ਸਿੰਘ ਉੱਤੇ ਜਿਹੜੀ ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਉਹ ਆਈਲੈਟ ਦੀ ਅਕੈਡਮੀ ਚਲਾਉਂਦਾ ਵਾ ਅਤੇ ਉਹਨੇ ਉਹਨਾਂ ਦੇ ਜਿਹੜੇ ਆਈਲੈਟ ਦੇ ਪੇਪਰ ਵਾਸਤੇ ਪੈਸੇ ਹੈਗੇ ਉਹ ਲੈ ਰਹੇ ਸੀ ਅਤੇ ਉਹ ਪੈਸੇ ਲੈਣ ਤੋਂ ਬਾਅਦ ਵਿੱਚ ਆਈਲੈਟ ਪਰ ਅਪਲਾਈ ਨਹੀਂ ਕੀਤਾ ਉਹਨਾਂ ਦਾ ਅਤੇ ਫਰਾਰ ਹੋ ਗਿਆ। ਅਸੀਂ ਉਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਅਤੇ ਜਲਦੀ ਇਹ 'ਚ ਆਪਾਂ ਲੀਗਲ ਐਕਸ਼ਨ ਲਵਾਂਗੇ।